ਅਗਦੀਆਂ ਤਸਵੀਰਾਂ ਨੇ ਜਿੱਥੇ ਇੱਕ ਇੱਕ ਕਰਕੇ ਪੰਜ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਤਸਵੀਰਾਂ 'ਚ ਦੇਖੋ ਕਿ ਕਿਸ ਕਦਰ ਅੱਗ ਲੱਗੀ ਹੋਈ ਆ। ਅੱਗ ਦੇ ਭਾਂਬੜ ਅਸਮਾਨ ਤੱਕ ਛੂ ਰਹੇ ਨੇ। ਦਰਅਸਲ ਇੱਥੇ ਇੱਕ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਇਹ ਅੱਗ ਫੈਲਦੀ ਪੰਜ ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਰਕੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ। ਅੱਗ ਲੱਗੀ ਦੇਖ ਕੇ ਇੱਥੇ ਲੋਕਾਂ ਦੇ ਵਿੱਚ ਵੀ ਹਫੜਾ ਤਫੜੀ ਮਚ ਗਈ ਤੇ ਦੁਕਾਨਦਾਰਾਂ ਨੂੰ ਵੀ ਭਾਜਣਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਰਕੇ ਅੱਗ ਲੱਗੀ। ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤਾਂ 15 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਵੀ ਇੱਥੇ ਪਹੁੰਚ ਗਈ, ਪਰ ਉਦੋਂ ਤੱਕ ਵੀ ਇਹ ਅੱਗ ਇਸ ਕਦਰ ਫੈਲ ਚੁੱਕੀ ਸੀ ਕਿ ਇਸਨੇ ਇੱਕ ਇੱਕ ਕਰਕੇ ਪੰਜ ਦੁਕਾਨਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਤੇ ਸਾੜ ਕੇ ਰਾਖ ਕਰ ਦਿੱਤਾ ਹੈ। ਤਸਵੀਰਾਂ ਗੁਰਦਾਸਪੁਰ ਦੇ ਅੰਬਵਾੜਾ ਬਾਜ਼ਾਰ ਦੀਆਂ ਨੇ, ਜਿੱਥੇ ਇੱਕ ਦੁਕਾਨ ਦੇ ਵਿੱਚ ਤਾਰਾਂ ਤੋਂ ਚੰਗਿਆੜੇ ਨਿਕਲੇ ਤੇ ਫਿਰ ਦੁਕਾਨ ਨੂੰ ਅੱਗ ਲੱਗ ਗਈ। ਉਸਦੇ ਨਾਲ ਲੱਗਦੀਆਂ 4 ਤੋਂ 5 ਹੋਰ ਦੁਕਾਨਾਂ ਵੀ ਉਸੇ ਅੱਗ ਦੀ ਲਪੇਟ 'ਚ ਆ ਗਈਆਂ। ਅੱਗ ਇਸ ਕਦਰ ਫੈਲੀ ਕਿ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ, ਦੁਕਾਨਦਾਰਾਂ 'ਚ ਭਾਜਣਾ ਪੈ ਗਈਆਂ। ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤੇ ਕੜੀ ਮਸ਼ਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ 5 ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕੀਆਂ ਨੇ। ਦੁਕਾਨਦਾਰਾਂ ਦਾ ਇੱਥੇ ਲੱਖਾਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਇੱਥੇ ਦੁਕਾਨਦਾਰਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਇਹ ਸੂਚਿਤ ਕੀਤਾ ਗਿਆ ਕਿ ਇੱਥੇ ਹਾਈ ਵੋਲਟੇਜ ਤਾਰਾਂ ਪੁਰਾਣੀਆਂ ਹੋ ਚੁੱਕੀਆਂ ਨੇ, ਗਲ ਚੁੱਕੀਆਂ ਨੇ ਗਰਮੀ ਦੇ ਕਾਰਨ, ਜਿਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਹੈ, ਨਹੀਂ ਤਾਂ ਇਸੇ ਤਰ੍ਹਾਂ ਸ਼ਾਰਟ ਸਰਕਟ ਹੋਣਗੇ ਤੇ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ। ਕਰੀਬ 9:45 ਤੇ ਅੱਗ ਲੱਗੀ ਹੈ, ਲੋਕਾਂ ਨੇ ਕਾਲ ਕੀਤੀ, 10-15 ਮਿੰਟ 'ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਤਲਬ ਅੱਗ ਲੱਗੀ ਹੈ, 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਹੈ। ਉਹਦੇ ਬਾਅਦ ਇਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਪੂਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ, ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਹੈ। ਉਹ ਤੋਂ ਉਰੇ ਜਿਹੜੇ ਆ ਦੋ ਕੌਸ਼ਲ ਬ੍ਰਦਰ, ਜਿਹੜੇ ਦੋ ਦੁਕਾਨਾਂ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀਮੇਡ ਦੀਆਂ। ਟੋਟਲ ਕਿੰਨੀਆਂ ਦੁਕਾਨਾਂ ਨੂੰ ਲੱਗਦਾ? ਟੋਟਲ 6 ਦੁਕਾਨਾਂ ਨੂੰ ਲੱਗੀ ਆ। ਉਹਦੇ ਉੱਤੇ ਪਵਨ ਮਨਿਆਰੀ ਵਾਲੇ ਨੂੰ, ਸੂਰੀ ਜਵੈਲਰ ਲਾਸਟ ਸੀ, ਉਹਦਾ ਬਚਾਅ ਵਾ। ਦੁਕਾਨਾਂ ਟੋਟਲ ਲੌਸ ਨਹੀਂ ਆ, ਬਚਾਅ ਵਾ? ਦੇਖੋ ਉਰਲੀ ਥੋੜ੍ਹਾ ਬਚਾਅ ਵਾ, ਬਾਕੀ 4-5 ਟੋਟਲ ਲੌਸ ਆ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਇਹ ਬਾਜ਼ਾਰ 'ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗ ਗਈ ਹੈ, ਛੇਤੀ ਆਓ। ਅਸੀਂ ਫਿਰ ਦੌੜੇ ਆਏ ਹਾਂ ਸਾਰੇ, ਆ ਕੇ ਆ ਮਾਈਨ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ। ਕੀ ਕਾਰਨ ਕੀ ਪਈ ਅੱਗ ਦੇ? ਇਹ ਨਹੀਂ ਪਤਾ ਲੱਗ ਸਕਿਆ ਜੀ। ਕੋਈ ਸ਼ਾਰਟ ਸੜਕਟ ਜਿਹੜਾ ਹੋਣ ਦੇ ਨਾਲ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਆ, ਇੱਕ ਦੁਕਾਨ ਤੋਂ ਭਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ। ਅਸੀਂ ਤਾਂ ਇਹ ਕਹਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਾਨ ਚੌਂਕ ਤੋਂ ਲੈ ਕੇ ਅਤੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ, ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ, ਅਸੀਂ ਆਪਣੇ ਖਰਚਿਆਂ 'ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ। ਇਹ ਨਾ ਤਾਂ ਬਾਜ਼ਾਰ 'ਚੋਂ ਤਾਰਾਂ ਬਦਲਦੇ ਆ, ਨਾ ਜੋੜ ਉਹ ਕੱਢਦੇ ਆ। ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਹੈ ਨਹੀਂ, ਕਦੀ ਕੁਛ। ਸ਼ੋਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ। ਇਹ ਜਿੰਨੀ ਅੱਗ ਲੱਗੀ ਆ ਸ਼ੋਰਟ ਸਰਕਟ ਦੇ ਨਾਲ ਲੱਗੀ ਆ। ਇਹ 5 ਦੁਕਾਨਾਂ ਸੜ ਗਈਆਂ ਜੀ, 5 ਦੁਕਾਨਾਂ ਦਾ ਰਿਹਾ ਕੱਖ ਨਹੀਂ ਗਾ ਜੀ, ਕੁਛ ਨਹੀਂ ਰਿਹਾ ਅੰਦਰ ਇਹਨਾਂ ਦੇ ਵਿਚਾਰਿਆਂ ਦੇ। ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ, ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ, ਕਾਰੋਬਾਰ ਹੈ ਨਹੀਂ, ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ। ਨਾ ਕਿਸੇ
ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ, ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ। ਟੀਮਾਂ ਟਾਈਮ ਨਾਲ ਪਹੁੰਚ ਗਈਆਂ ਸੀ ਇੱਥੇ, ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ, ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਹਦਾ ਤੇ ਪਾਣੀ ਨਹੀਂ ਚੱਲਿਆ ਜੀ, ਉਹਦਾ ਪਾਣੀ ਨਹੀਂ ਚੱਲਿਆ। 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਮੈਂ ਉਸ ਵੇਲੇ ਫੋਨ ਕੀਤਾ ਉਹਨਾਂ ਨੂੰ, ਉਹ ਤਾਂ ਵੀ ਨਹੀਂ ਕੋਈ ਪਹੁੰਚਿਆ, ਫਿਰ ਮੈਂ 10-15 ਮਿੰਟ ਖੜੀ ਰਹੀ ਆ, ਪਾਣੀ ਨਹੀਂ ਆਇਆ ਕਿ ਅਸੀਂ ਮੈਂ ਐਕਟਿਵਾ ਲੈ ਕੇ ਉੱਥੇ ਗਿਆ, ਉੱਥੇ ਜਿੱਦਾਂ ਹੀ ਪਹੁੰਚਿਆ ਉਹ ਕਹਿੰਦੇ ਹੁਣ ਇਹ ਗੱਡੀ ਗਈ ਆ, ਇੱਥੇ ਗੱਡੀ ਫਿਰ ਨਹੀਂ ਪਹੁੰਚੀ। ਜੇ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀਆਂ ਕੋਈ, ਕਦੀ ਪੈਪ ਲੀਕ, ਕਦੀ ਉਹ ਇਹਦੇ ਚੱਕਰ ਦੇ ਵਿੱਚ ਕੀ ਬਾਕੀ ਆਈ। ਫਿਰ ਆਪ ਹੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਨਰੇਤਾ ਸੁੱਟੀ, ਆ ਡਾਕਟਰ ਸਾਹਿਬ ਦੇ ਕੋਲੋਂ ਪਾਣੀ ਲਿਆਂਦਾ, ਪੈਪ ਲਾਈ, ਬਾਲਟਿਆਂ ਨੇ ਪਾਣੀ ਪਿਜਾ। ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜ਼ਿਆਦਾ ਜ਼ਿਆਦਾ, ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ, ਉਹ ਪਬਲਿਕ ਹੀ ਜਿਹੜੀ ਸੜਕ ਤੋੜਦੀ ਪਈ ਆ, ਸਾਰਾ ਕੰਮ ਕਰਦੀ ਪਈ। ਇਹ ਸਾਰੀ 90% ਅਸੀਂ ਤਾਂ ਕਹਾਂਗੇ ਕਿ ਬਿਜਲੀ ਬੋਰਡ ਦੀ ਨਾਕਾਮੀ ਆ, ਪ੍ਰਸ਼ਾਸਨ ਦਾ ਅਧਿਕਾਰੀ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ। ਉਹ MLA ਸਾਹਿਬ ਦੇ ਛੋਟੇ ਬ੍ਰਦਰ ਨੇ, ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਉਹ ਪਹੁੰਚੇ ਹੋਏ ਨੇ। ਉਹ ਤਾਂ ਆਪਣੇ ਗੱਡੀ ਦੇ ਉੱਤੇ ਚੜ੍ਹ ਕੇ ਵੀ ਅੱਗ ਜਿਹੜੀ ਆ ਬੁਝਾ ਰਹੇ, ਜਿੰਨੀ ਕੁ ਕੋਸ਼ਿਸ਼ ਉਹਨਾਂ ਕੋਲ ਹੋ ਰਹੀ ਆ ਉਹ ਕਰ ਰਹੇ ਨੇ। ਬਾਕੀ ਜਿਹੜਾ ਅਸੀਂ ਕਹੀਏ ਕਿ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ।